ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਤਕਰੀਬਨ 3:30 ਵਜੇ ਜਦੋਂ ਵਾਪਸ ਆਏ ਆ ਕੇ ਵੇਖਿਆ ਤੇ ਸਾਡੀਆਂ ਬਾਰੀਆਂ ਅਲਮਾਰੀਆਂ ਟੁੱਟੀਆਂ ਵਾ, ਸਾਰਾ ਕੁਝ ਬਾਹਰ ਦਾ ਬੂਹਾ ਟੁੱਟਾ ਵਾ ਜਿਹੜਾ ਉੱਪਰਲਾ ਵਾ। ਇੱਥੇ ਉਹਨੇ ਚਾਂਦੀ ਦੀ ਅਸੀਂ ਸਵੇਰੇ 10 ਵਜੇ ਲਾਸਟ ਸੰਡੇ ਹੀ ਦੁਕਾਨ ਬੰਦ ਹੁੰਦੀ ਲਾਸਟ ਸੰਡੇ ਤੇ ਅਸੀਂ ਸੋਚਿਆ ਕਿ ਬਾਬਾ ਬੁੱਢਾ ਸਾਹਿਬ ਦਰਸ਼ਨ ਕਰਕੇ ਆਈਏ ਤੇ ਅਸੀਂ ਸਾਰਾ ਪਰਿਵਾਰ 10-10 ਦੇ ਵਿੱਚ ਅਸੀਂ ਦਰਸ਼ਨ ਕਰਨ ਲਈ ਸਾਰਾ ਪਰਿਵਾਰ ਗਏ ਹਾਂ ਤੇ ਅਸੀਂ ਤਕਰੀਬਨ 3:30 ਵਜੇ ਜਦੋਂ ਵਾਪਸ ਆਏ ਆ ਕੇ ਵੇਖਿਆ ਤੇ ਸਾਡੀਆਂ ਬਾਰੀਆਂ ਅਲਮਾਰੀਆਂ ਟੁੱਟੀਆਂ ਵਾ, ਸਾਰਾ ਕੁਝ ਬਾਹਰ ਦਾ ਬੂਹਾ ਟੁੱਟਾ ਵਾ ਜਿਹੜਾ ਉੱਪਰਲਾ ਵਾ ਤੇ ਸਾਰਾ ਮਤਲਬ 6 ਮੁੰਦਰੀਆਂ ਸੀ, 2 ਟੋਪ ਸੀ, 1 ਕਿੱਟੀ ਸੈੱਟ ਸੀ, 2.5 ਲੱਖ ਰੁਪਈਆ ਸੀ, ਮਤਲਬ ਇੱਕ ਕਮੇਟੀ 2.5 ਲੱਖ ਰੁਪਏ ਦੀ ਗੇ ਖੁਆਈ ਉਹ ਸੀ ਤੇ 1.5 ਲੱਖ ਸਾਡਾ ਕਾਰੋਬਾਰ ਆ ਸੀਮਿੰਟ ਦਾ, ਉਹਦਾ ਹੀ ਲੈਣ ਦੇਣ ਕਰਨ ਵਾਸਤੇ ਸਵੇਰੇ ਸੀਮਿੰਟ ਆਉਣਾ ਉਹਨੂੰ ਦੇਣਾ ਤੇ ਕੁਝ ਸਾਡੀ ਸਾਰੀ ਜੀ ਹੋਣ ਡਈ ਸੀ ਰਿਪੇਅਰ ਜੀ ਕਰਨ ਲਈ ਘਰ ਦੀ ਤੇ ਉਹਦਾ ਕਰਕੇ ਜਦੋਂ ਆ ਕੇ ਅਸੀਂ ਵੇਖਿਆ ਸਾਡੇ ਰੰਗ ਹੀ ਉੱਡ ਗਏ ਵੀ ਅਸੀਂ 3:30 ਵਜੇ ਵਾਪਸ ਆਏ ਸੀ, ਮੱਥਾ ਟੇਕ ਕੇ 2-3 ਘੰਟੇ ਉੱਥੇ ਰਹੇ, ਫਿਰ 2 ਘੰਟੇ ਸਾਡੀ ਮੇਰੀ ਸਾਲੀ 5 ਵੜ ਅਸੀਂ ਉੱਥੇ ਚਲ ਗਏ ਹਾਂ ਤੇ 2 ਘੰਟੇ ਉੱਥੇ ਰਹੇ। ਤੁਹਾਨੂੰ ਚੋਰੀ ਦਾ ਇੱਥੇ ਪਤਾ ਲੱਗਾ ਜਾਂ ਕਿਹਨਾਂ ਨੂੰ ਦਿੱਤੇ? ਇੱਥੇ ਆ ਕੇ ਜਦੋਂ ਉੱਪਰ ਚੜ੍ਹੇ ਅਸੀਂ ਘਰ ਤੇ ਜਦੋਂ ਗੇਟ ਵੇਖਿਆ ਖੁੱਲਾ, ਜੋ ਅੰਬਾਰੀ ਦਾ ਉਹ ਵੀ ਖੁੱਲਾ ਮਿਲਿਆ, ਜਦੋਂ ਗਾਂਹ ਗਏ ਤੇ ਸਾਡਾ ਗੇਟ ਟੁੱਟਾ ਮਿਲਿਆ, ਅਗਲਾ ਗਾਂਹ ਅਲਮਾਰੀਆਂ ਵੇਖੀਆਂ ਸਾਰਾ ਕੁਝ ਵੇਖਿਆ ਤੇ ਪੁਲਾ ਵਾਲੀ ਪੇਟੀ ਵੀ ਟੁੱਟੀ ਸਾਰੀ। ਜਦੋਂ ਅੱਜ ਕੋਈ ਮਜ਼ਦੂਰ ਲੇਬਰ ਲੱਗੀ ਸੀ? ਅੱਜ ਮਜ਼ਦੂਰ ਅੱਜ ਨੀ ਕੋਈ ਵੀ, ਅੱਜ ਤੇ ਕੋਈ ਬੰਦ ਸੀ, ਕੱਲ ਵੀ ਨਹੀਂ ਲੱਗੀ, ਪਰਸੋਂ ਇੱਕ ਬੰਦਾ ਆਇਆ ਸੀ ਮਜ਼ਦੂਰ, ਉਪਰਾ ਹੀ ਬੰਦਾ ਤੇ ਉਹਨੇ ਠੇਕੇਦਾਰ ਨੇ ਲਿਆਂਦਾ ਸੀ ਤੇ ਉਹ ਮਤਲਬ ਆਇਆ ਸੀ ਪਰਸੋਂ। ਮਾਮਲਾ ਜੀ ਇੱਥੇ ਆਪਣੇ ਸੂਬੇਦਾਰ, ਆਪਣੇ ਸਾਬਕਾ ਸੂਬੇਦਾਰ ਆ ਸੇਵਾ ਸਿੰਘ, ਇਹ ਰੇਤ ਪੰਜੀ ਦਾ ਕੰਮ ਕਰਦਾ ਆ, ਇਹਨੇ ਕੰਪਲੇਂਟ ਕੀਤੀ ਹੈ ਕਿ ਅੱਜ ਪਰਿਵਾਰ ਸਮੇਤ ਬਾਬਾ ਬੁੱਢਾ ਜੀ ਸਾਹਿਬ ਗੁਰਦੁਆਰਾ ਮੱਥਾ ਟੇਕਣ ਗਏ ਅਤੇ ਜਦੋਂ ਘਰ ਜਾ ਕੇ ਵੇਖਿਆ ਤਾਂ ਤਾਲੇ ਟੁੱਟੇ ਸੀ ਅਤੇ ਕੁਝ ਇਹਨਾਂ ਦੀ ਨਕਦੀ ਆ ਅਤੇ ਕੁਝ ਗਹਿਣੇ ਆ ਸੋਨੇ ਦੇ ਚੁਰੇ ਹੋਏ ਆ ਅਤੇ ਤਬਦੀਲ ਸਾਨੂੰ ਕਦਮਾਂ ਦਰਜ ਕਰਕੇ ਅਸੀਂ ਕਰ ਰਹੇ ਹਾਂ। Please subscribe our channel for more updates. You can follow us Twitter and Facebook.